ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਯੂਟਿਊਬ ਦੇਖ ਰਹੇ ਵੀਰੋ, ਤੁਹਾਨੂੰ ਇੱਕ ਚੀਜ਼ ਆਪਾਂ ਦਿਖਾਉਣੀ ਹੈ, ਇੱਕ ਖਾਸ ਗੱਲਬਾਤ ਟਰੈਕਟਰ ਦੇ ਏਅਰ ਕਲੀਨਰ ਬਾਰੇ। ਅਕਸਰ ਹੀ ਆਪਣੇ ਕੋਲ ਸਾਰਿਆਂ ਕੋਲ ਹੁਣ ਜਿਹੜੇ ਟਰੈਕਟਰ ਆ ਉਹਨਾਂ ਕੋਲ ਡਰਾਈ ਏਅਰ ਕਲੀਨਰ ਹੈ। ਡਰਾਈ ਏਅਰ ਕਲੀਨਰ ਵੀਰ ਜੀ ਰੋਜ਼ਾਨਾ ਦੀ ਤਰ੍ਹਾਂ ਸਾਫ਼ ਕਰਿਆ ਕਰੋ ਇਹਨੂੰ ਤੁਸੀਂ। ਤੁਹਾਨੂੰ ਮੈਂ ਅੱਜ ਇੱਕ ਟੈਸਟ ਦਿਖਾਉਣ ਜਾ ਰਿਹਾ ਏਅਰ ਕਲੀਨਰ ਦਾ। ਇਹ ਕੀ ਟੈਸਟ ਹੈ ਵੀ ਇਹ 'ਚ ਕਿੰਨੀ ਕੁ ਮਿੱਟੀ ਇਕੱਠੀ ਹੋ ਜਾਂਦੀ ਹੈ, ਆਪਾਂ ਇਹ ਟੈਸਟ ਕਰਾਂਗੇ। ਇਹ ਟੈਸਟ ਵਾਸਤੇ ਇੱਕ ਸਿੰਪਲ ਜਿਹਾ ਤਰੀਕਾ ਇਹ ਆ ਵੀ ਆਪਾਂ ਸਕੇਲ, ਵੇਇੰਗ ਸਕੇਲ ਜਿਹਨੂੰ ਆਪਾਂ ਕੰਡਾ ਕਹਿ ਦਿੰਦੇ ਹਾਂ, ਆਪਾਂ ਇਲੈਕਟ੍ਰੋਨਿਕ ਕੰਡਾ ਇੱਕ ਲੈ ਲਿਆ ਜੀ, ਉਹਨੂੰ ਆਪਾਂ ਕਰਤਾ ਜੀਰੋ। ਅਤੇ ਜੀਰੋ ਕਰਕੇ ਅਤੇ ਹੁਣ ਆਪਾਂ ਇਹਦੇ ਉੱਪਰ ਰੱਖਤਾ ਜੀ ਆਪਣਾ ਏਅਰ ਕਲੀਨਰ। ਇਹਦਾ ਜੋ ਵਜ਼ਨ ਹੈ ਜੀ 1397 ਗ੍ਰਾਮ, ਮਤਲਬ 1400 ਗ੍ਰਾਮ, ਮਤਲਬ 1 ਕਿਲੋ ਅਤੇ 400 ਗ੍ਰਾਮ ਇਹਦਾ ਵੇਟ ਆ ਗਿਆ ਜੀ ਬਿਨਾਂ ਸਾਫ਼ ਕੀਤੇ ਤੋਂ। ਅਤੇ ਹੁਣ ਇਹਨੂੰ ਅਸੀਂ ਲਿਆਉਣੇ ਜੀ ਸਾਫ਼ ਕਰਕੇ, ਅਤੇ ਫਿਰ ਇਹਦਾ ਵੇਟ ਕਰਾਂਗੇ ਆਪਾਂ। ਲਓ ਜੀ ਬਲੋਅਰ ਆਪਣੇ ਕੋਲ ਆ ਚੁੱਕਿਆ, ਸਫਾਈ ਸ਼ੁਰੂ ਹੋ ਗਈ, ਇਹਨੂੰ ਮੂਧਾ ਮਾਰ ਕੇ ਨਾ ਕਰੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੰਨਾ ਰੇਤਾ ਇਹਦੇ ਵਿੱਚ ਆਉਂਦਾ ਹੈ। ਲਓ ਜੀ ਤਕਰੀਬਨ ਹੁਣ ਇਹ ਸਾਫ਼ ਹੋ ਚੁੱਕਿਆ, ਕਿਉਂਕਿ ਬਰੀਕ ਜੀ ਤਾਂ ਮਿੱਟੀ ਇਹ 'ਚੋਂ ਫਿਰ ਵੀ ਆਉਂਦੀ ਰਹੂਗੀ, ਯਾਨੀ ਜ਼ਿਆਦਾ ਰੇਤਾ ਸੀ ਇਹਦੇ ਵਿੱਚੋਂ ਨਿਕਲ ਗਿਆ। ਹੁਣ ਇਹਦਾ ਦੁਬਾਰੇ ਆਪਾਂ ਵੇਟ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੰਨਾ ਅੰਤਰ ਆਇਆ ਇਹਦੇ ਵੇਟ 'ਚ। ਲਓ ਜੀ ਵੀਰੋ ਆਪਾਂ ਦੁਬਾਰਾ ਫਿਰ ਕੰਪਿਊਟਰ ਵਾਲੇ ਕੰਢੇ 'ਤੇ ਆ ਗਏ ਹਾਂ, ਆਪਾਂ ਏਅਰ ਕਲੀਨਰ ਨੂੰ ਸਾਫ਼ ਕਰ ਲਿਆਂਦਾ ਅਤੇ 1400 ਗ੍ਰਾਮ ਰੀਡਿੰਗ ਸੀ ਪਹਿਲਾਂ, ਹੁਣ ਆਪਾਂ ਰੱਖ ਕੇ ਦੇਖਦੇ ਹਾਂ। ਰੱਖੋ ਜੀ, ਲਓ ਜੀ 790 ਗ੍ਰਾਮ ਰਹਿ ਗਿਆ ਜੀ ਸਾਰਾ ਹੀ। ਹੈਰਾਨੀ ਦੀ ਗੱਲ ਆ ਵੀ 700 ਗ੍ਰਾਮ ਵਿੱਚੋਂ ਮਿੱਟੀ ਨਿਕਲ ਗਈ, 1.25 ਕਿਲੋ ਮਿੱਟੀ ਇਹਦੇ ਵਿੱਚ ਭਰੀ ਵੀ ਸੀ ਬਾਈ ਜੀ, 1.25 ਕਿਲੋ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਜਿਹੜਾ ਏਅਰ ਕਲੀਨਰ ਹੈ ਆਪਣੇ ਇੰਜਣ ਦੀ ਕਿੰਨੀ ਜ਼ਿਆਦਾ ਇਹ ਹਿਫਾਜ਼ਤ ਕਰਦਾ ਹੈ। 1.25 ਕਿਲੋ ਮਿੱਟੀ ਇਹਨੇ ਰੋਕ ਲਈ, ਅਤੇ ਜੇ ਇਹੀ 1.25 ਕਿਲੋ ਮਿੱਟੀ ਤੁਹਾਡੇ ਇੰਜਣ 'ਚ ਵੜ ਜਾਂਦੀ ਤਾਂ ਇੰਜਣ ਆਪਣਾ ਸੀ ਖਤਮ। ਅਤੇ ਵੀਰੋ ਇਹ ਤੁਹਾਨੂੰ ਬੇਨਤੀ ਹੈ ਵੀ ਮਸ਼ੀਨਰੀ ਹੈ ਜਿਹੜੀ ਆਪਣੀ ਬੜੀ ਕੀਮਤੀ ਹੈ, ਅਤੇ ਇਹਨੂੰ ਘੱਟੋ ਘੱਟ ਸ਼ਾਮ ਨੂੰ ਡੇਲੀ ਜਿਹੜਾ ਆਪਣਾ ਏਅਰ ਕਲੀਨਰ ਹੈ, ਕਿਉਂਕਿ ਹੁਣ ਸੁੱਕੇ ਵਾਹਣ ਵਾਹ ਰਹੇ ਆਪਾਂ ਮਿੱਟੀ ਵਾਲੇ ਦੇਣੇ, ਅਤੇ ਡੇਲੀ ਇਹਨੂੰ ਸਾਫ਼ ਕਰਿਆ ਕਰੋ ਜੀ। ਅਤੇ ਬਸ ਇਹ ਤੁਹਾਨੂੰ ਇੱਕ ਮੈਂ ਇਹ ਵੀਡੀਓ ਦਿਖਾਉਣੀ ਸੀ, ਕਈ ਦਿਨਾਂ ਦਾ ਪਲੈਨ ਸੀਗਾ। ਹੁਣ ਤੁਸੀਂ ਇੱਥੇ ਲਾ ਲਓ ਹਿਸਾਬ ਵੀ 1400 ਗ੍ਰਾਮ 'ਤੇ ਕਿੱਥੇ ਰਹਿ ਗਿਆ, 791 ਗ੍ਰਾਮ, 700 ਗ੍ਰਾਮ ਮਿੱਟੀ ਇਹਦੇ ਵਿੱਚੋਂ ਜਿਹੜੀ ਸੀਗੀ ਆਪਾਂ ਸਾਫ਼ ਕਰਤੀ ਹੈ। ਅਤੇ ਅੱਜ ਵਾਸਤੇ ਇੰਨਾ ਹੀ ਕਾਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਜੀ।